ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਹੈ ਕਿ ਹਾਜ਼ਰਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਸਭ ਨੂੰ ਰਿਕਵੈਸਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਨਾ按ਦੋ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੇਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਸ਼ੁਰੂਆਤ ਕਰਦੇ ਹਾਂ ਜੀ ਸਕੂਲ ਖਬਰਾਂ ਤੋਂ ਲੈ ਕੇ ਜਿੱਥੇ ਔਡ ਈਵਨ ਤਹਿਤ ਸੂਬੇ ਚ ਤਿੰਨ ਦਿਨ ਸਕੂਲ ਆਉਣਗੇ ਬੱਚੇ ਸੋ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਕੋਰੋਨਾ ਵਾਇਰਸ ਦੌਰਾਨ ਸਕੂਲਾਂ ਨੂੰ ਦੁਬਾਰਾ ਖੋਲਣ ਦੀ ਦਿਸ਼ਾ ਦੇ ਵਿੱਚ ਵੱਡਾ ਕਦਮ ਚੁੱਕਿਆ ਗਿਆ ਹੈ ਦਰਅਸਲ ਸਕੂਲ ਖੋਲਣ ਤੇ ਪੜ੍ਹਾਈ ਦਾ ਸਿਲਸਲਾ ਕਿਸ ਤਰ੍ਹਾਂ ਦਾ ਹੋ ਸ਼ੁਰੂ ਹੋਵੇਗਾ ਬੱਚਿਆਂ ਮਾਪਿਆਂ ਤੇ ਅਧਿਆਪਕਾਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ ਇਸ ਨੂੰ ਲੈ ਕੇ NCERT ਨੇ ਆਪਣੀ ਗਾਈਡਲਾਈਨ ਦਾ ਡਰਾਫਟ ਸਰਕਾਰ ਨੂੰ ਸੌਂਪ ਦਿੱਤਾ ਹੈ ਇਥੋਂ ਤੱਕ ਕਿ ਬੱਚਿਆਂ ਦੇ ਸਕੂਲ ਪਹੁੰਚਣ ਦੇ ਸਮੇਂ ਦੇ ਵਿੱਚ ਵੀ ਕਲਾਸ ਦੇ ਹਿਸਾਬ ਦੇ ਨਾਲ 10-10 ਮਿੰਟ ਦਾ ਗੈਪ ਹੋਵੇਗਾ ਡਰਾਫਟ ਦੇ ਵਿੱਚ ਸਿਫਾਰਸ਼ ਕੀਤੀ ਗਈ ਹੈ ਕਿ ਸਮਾਜਿਕ ਦੂਰੀ ਦੇ ਲਿਹਾਜ਼ ਦੇ ਨਾਲ ਕਲਾਸਾਂ ਖੁੱਲੇ ਮੈਦਾਨ ਦੇ ਵਿੱਚ ਲਗਾਉਣਾ ਸਹੀ ਹੋਵੇਗਾ ਜੀ ਇਹਨਾਂ 6 ਪੜਾਵਾਂ ਦੇ ਵਿੱਚ ਜਿਹੜੀ ਪੜ੍ਹਾਈ ਸ਼ੁਰੂ ਹੋਵੇਗੀ ਜੀ ਪਹਿਲੇ ਪੜਾਅ ਦੇ ਵਿੱਚ 11ਵੀਂ ਅਤੇ 12ਵੀਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ ਇਸ ਤੋਂ ਇੱਕ ਹਫ਼ਤੇ ਬਾਅਦ 9ਵੀਂ ਅਤੇ 10ਵੀਂ ਦੀ ਪੜ੍ਹਾਈ ਸ਼ੁਰੂ ਕੀਤੀ ਜਾਵੇਗੀ ਤੀਜੇ ਪੜਾਅ ਦੇ ਵਿੱਚ ਦੋ ਹਫ਼ਤਿਆਂ ਦੇ ਬਾਅਦ 6ਵੀਂ ਤੋਂ ਲੈ ਕੇ 8ਵੀਂ ਤੱਕ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ ਉਸ ਤੋਂ ਬਾਅਦ ਤਿੰਨ ਹਫ਼ਤਿਆਂ ਬਾਅਦ 3ਜੀ ਤੋਂ ਲੈ ਕੇ ਪੰਜਵੀਂ ਜਮਾਤ ਦੀਆਂ ਕਲਾਸਾਂ ਦੀ ਸ਼ੁਰੂਆਤ ਹੋਵੇਗੀ ਉਸ ਤੋਂ ਬਾਅਦ ਪੰਜਵੇਂ ਪੜਾਅ ਦੇ ਤਹਿਤ ਪਹਿਲੀ ਅਤੇ ਦੂਜੀ ਕਲਾਸ ਦੀ ਸ਼ੁਰੂਆਤ ਹੋਵੇਗੀ ਛੇਵੇਂ ਪੜਾਅ ਦੇ ਵਿੱਚ ਪੰਜ ਹਫ਼ਤਿਆਂ ਬਾਅਦ ਮਾਪਿਆਂ ਦੀ ਮਨਜ਼ੂਰੀ ਦੇ ਨਾਲ ਨਰਸਰੀ ਅਤੇ ਜੀਕੇ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ ਹਾਲਾਂਕਿ ਕੰਟੇਨਮੈਂਟ ਜ਼ੋਨ ਅਤੇ ਗ੍ਰੀਨ ਜ਼ੋਨ ਦੇ ਬਣੇ ਤੱਕ ਸਕੂਲ ਬੰਦ ਰਹਿਣਗੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਜਲੰਧਰ ਚ ਕੋਰੋਨਾ ਦੇ ਨਾਲ 10ਵੀਂ ਮੌਤ ਮਕਸੂਦਾਂ ਦੇ 86 ਸਾਲਾ ਬਜ਼ੁਰਗ ਨੇ ਤੋੜਿਆ ਦਮ ਤਿੰਨ ਪੋਜ਼ਿਟਿਵ ਕੇਸ ਆਏ ਸਾਹਮਣੇ ਇਸ ਵੇਲੇ ਦੀ ਖਬਰ ਹੈ ਜੀ ਦੁਪਹਿਰ ਦੇ ਸਮੇਂ ਆਈਆਂ ਰਿਪੋਰਟਾਂ ਦੇ ਅਨੁਸਾਰ ਕੋਰੋਨਾ ਦੇ ਨਾਲ ਇੱਕ ਹੋਰ ਮੌਤ ਹੋ ਗਈ ਹੈ ਜੀ 86 ਸਾਲਾ ਬਜ਼ੁਰਗ ਦੀ ਮੌਤ ਦੇ ਨਾਲ ਜ਼ਿਲ੍ਹੇ ਦੇ ਵਿੱਚ ਮੌਤਾਂ ਦੀ ਗਿਣਤੀ 10 ਹੋਊਗੀ ਹੈ ਜੀ ਇਸ ਤੋਂ ਇਲਾਵਾ ਤਿੰਨ ਮਰੀਜ਼ ਵੀ ਜਿਹੜੇ ਕੋਰੋਨਾ ਪੋਜ਼ਿਟਿਵ ਜਲੰਧਰ ਜ਼ਿਲ੍ਹੇ ਦੇ ਵਿੱਚ ਪਾਏ ਗਏ ਹਨ ਤੇ ਮਿਰਤਕ ਦੇਵਦਾਤ ਮਕਸੂਦਾ ਦੇ ਮੋਤੀ ਨਗਰ ਦਾ ਰਹਿਣ ਵਾਲਾ ਤੇ ਉਹ ਸ਼ਾਹਕੋਟ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਪੋਜ਼ਿਟਿਵ ਹੈ ਮਰੀਜ਼ ਚੋਂ ਦੋ ਮਰੀਜ਼ ਤਿੰਨ ਦਿਨ ਪਹਿਲਾਂ ਲੁਧਿਆਣਾ ਦੇ ਵਿਖੇ ਪੋਜ਼ਿਟਿਵ ਆ ਗਏ ਸਨ ਪਰ ਜ਼ਿਲ੍ਹਾ ਸਿਹਤ ਵਿਭਾਗ ਨੇ ਅੱਜ ਉਹਨਾਂ ਦੀ ਪੁਸ਼ਟੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਇੱਕੋ ਸਮੇਂ 25 ਸਕੂਲਾਂ ਚੋਂ ਨੌਕਰੀ ਕਰਕੇ 1 ਕਰੋੜ ਤਨਖਾਹ ਲੈਣ ਵਾਲੀ ਅਧਿਆਪਕਾ ਦੇ ਮਾਮਲੇ ਨੇ ਲਿਆ ਨਵਾਂ ਮੋੜ ਸੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਪਰ ਉਸ ਤੋਂ ਪਹਿਲਾਂ ਸਭ ਨੂੰ ਬੇਨਤੀ ਹੈ ਜੇਕਰ ਤੁਸੀਂ ਹਾਲੇ ਤੱਕ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਕਿਉਂਕਿ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਆਪਾਂ ਇਸ ਵੀਡੀਓ ਦਾ ਲਾਈਕ ਕੇਮ 4000 ਰੱਖਦੇ ਹਾਂ ਜੀ ਸੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੁਸੀਂ ਕਰ ਦਿਓ ਪਿਛਲੇ ਕਈ ਦਿਨਾਂ ਤੋਂ ਇੱਕ ਖਬਰ ਨੇ ਪੂਰੇ ਮੁਲਕ ਦੇ ਵਿੱਚ ਤਹਿਲਕਾ ਮਚਾਇਆ ਹੋਇਆ ਜੀ ਦਰਅਸਲ ਇੱਕ ਉੱਤਰ ਪ੍ਰਦੇਸ਼ ਦੀ ਇੱਕ ਅਧਿਆਪਕਾ ਨੇ ਇੱਕੋ ਸਮੇਂ 25 ਸਕੂਲਾਂ ਦੇ ਵਿੱਚ ਨੌਕਰੀ ਕਰਕੇ 13 ਮਹੀਨਿਆਂ ਦੇ ਵਿੱਚ 1 ਕਰੋੜ ਰੁਪਏ ਤਨਖਾਹ ਲਈ ਆ ਤੇ ਉਸ ਤੋਂ ਬਾਅਦ ਇਸ ਅਧਿਆਪਕਾ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਪਰ ਹੁਣ ਜਿਹੜੀ ਸਚਾਈ ਸਾਹਮਣੇ ਆਈ ਹੈ ਜੀ ਉਹ ਰੂ ਕੰਬਾਉ ਹੈ ਅਸਲ ਦੇ ਵਿੱਚ ਆ ਨਾਮਕਾ ਸ਼ੁਕਲਾ ਦੀ ਦੀ ਸਰਟੀਫਿਕੇਟ ਬਣਾ ਕੇ ਇੱਕ ਹੋਰ ਮਹਿਲਾ ਹੀ ਇਹ ਕਮਾਈ ਕਰ ਗਈ ਤੇ ਹੁਣ ਇਹ ਮਹਿਲਾ ਸਾਹਮਣੇ ਆਉਣ ਦੇ ਨਾਲ ਮਾਮਲੇ ਨੇ ਨਵਾਂ ਮੋੜ ਲਿਆ ਹੈ ਤੇ ਇਨਾਮਕਾ ਦਾ ਕਹਿਣਾ ਹੈ ਕਿ ਇਹ ਘਟਾਲਾ ਉਸਦੇ ਦਸਤਾਵੇਜ਼ਾਂ ਦੇ ਵਿੱਚ ਜਾਲਸ਼ੀ ਕਰਕੇ ਕੀਤਾ ਗਿਆ ਹੈ ਇਨਾਮਕਾ ਹੁਣ ਸਰਕਾਰ ਦੇ ਕੋਲੋਂ ਇਨਸਾਫ ਦੀ ਗੁਹਾਰ ਲਾ ਰਹੀ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਰੋਜ਼ਗਾਰ ਨਾ ਮਿਲਣ ਦੇ ਕਾਰਨ ਈਟੀਟੀ ਪਾਸ ਨੌਜਵਾਨ ਦੇ ਵੱਲੋਂ ਖੁਦ ਖੁਦੀ ਲਹਿਰਾਗਾਗਾ ਤੋਂ ਖਬਰ ਆ ਰਹੀ ਹੈ ਜੀ ਪਿੰਡ ਖੋਖਰ ਖੁਰਦ ਵਿਖੇ ਬੀਤੀ ਰਾਤ ਈਟੀਟੀ ਪਾਸ ਨੌਜਵਾਨ ਨੇ ਰੁਜ਼ਗਾਰ ਨਾ ਮਿਲਣ ਤੇ ਘਰ ਦੀ ਆਰਥਿਕ ਤੰਗੀ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਮਿਲੀ ਜਾਣਕਾਰੀ ਦੇ ਮੁਤਾਬਕ ਜਤਿੰਦਰ ਕੁਮਾਰ 24 ਸਾਲਾ ਪੁੱਤਰ ਰਾਜਕੁਮਾਰ ਵਾਸੀ ਖੋਖਰ ਖੁਰਦ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਥਾਣਾ ਮੁਖੀ ਸੁਰਿੰਦਰ ਕੁਮਾਰ ਭੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਾਜਕੁਮਾਰ ਦੇ ਬਿਆਨ ਦਰਜ ਕਰਵਾਇਆ ਕਿ ਜੋ ਪੜ੍ਹਿਆ ਲਿਖਿਆ ਸੀ ਤੇ ਪਿਛਲੇ ਮਹੀਨੇ ਲੇਬਰ ਚੁਕਣਕ ਦੀ ਟੁਆ ਟਵਾਈ ਦਾ ਕੰਮ ਵੀ ਕਰ ਰਿਹਾ ਸੀਗਾ ਤੇ ਦਿਹਾੜੀ ਕਰਨ ਵੀ ਜਾਂਦਾ ਸੀ ਹਾਲਤ ਘਰ ਦੀ ਮਾੜੀ ਹੋਣ ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸੀ ਜਿਸ ਦੇ ਕਾਰਨ ਉਸ ਨੇ ਘਰ ਦੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਦੀ ਲਾ ਸਮਾਪਤ ਕਰ ਲਈ ਸੋ ਦੋਸਤੋ ਇੱਥੇ ਤੁਸੀਂ ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਾਂ ਨੌਜਵਾਨ ਨੂੰ ਕਿਉਂਕਿ ਨੌਜਵਾਨ ਦੇ ਸਾਹਮਣੇ ਹੋਰ ਵੀ ਜੋ ਉਸਨੇ ਕਦਮ ਚੁੱਕਿਆ ਉਸ ਦਾ ਕੀ ਕਾਰਨ ਤੁਸੀਂ ਇਸ ਤੇ ਕੀ ਆਪਣੀ ਵਿਚਾਏ ਵਿਚਾਰ ਜਾਂ ਰਾਇ ਦੇਣੀ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਵਿੱਚ ਮਿਲ ਸਕਦਾ ਵੱਡਾ ਅਹੁਦਾ ਹਾਈ ਕਮਾਂਡ ਕਾਂਗਰਸ ਨੇ ਸਿੱਧੂ ਨੂੰ ਜੁਲਾਈ ਦੇ ਤੱਕ ਉਡੀਕ ਕਰਨ ਦੇ ਲਈ ਕਿਹਾ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੱਧੂ ਨੂੰ ਪਾਰਟੀ ਦੇ ਵਿੱਚ ਕੋਈ ਵੱਡਾ ਅਹੁਦਾ ਦੇਣ ਦਾ ਮਨ ਬਣਾ ਲਿਆ ਹੈ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਤੋਂ ਪਿਛਲੇ ਸਾਲ ਅਸ਼ਤੀਫਾ ਦੇਣ ਤੋਂ ਬਾਅਦ ਹੁਣ ਤੱਕ ਚੁੱਪ ਵੱਟੀ ਬੈਠੇ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀਆਂ ਚਰਚਾਵਾਂ ਨੇ ਪਾਰਟੀ ਹਾਈ ਕਮਾਂਡ ਨੂੰ ਚੁਕੰਨਾ ਕਰ ਦਿੱਤਾ ਤੇ ਸੂਤਰਾਂ ਦੇ ਅਨੁਸਾਰ ਸਿੱਧੂ ਨੇ ਪਾਰਟੀ ਤੋਂ ਅਲੱਗ ਹੋਣ ਦੀਆਂ ਚਰਚਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਵਾਰ ਹਾਈ ਕਮਾਂਡ ਖੁਦ ਹੀ ਸਿੱਧੂ ਨੂੰ ਕੋਈ ਵੱਡਾ ਜਿਹੜਾ ਸੰਪਰਕ ਕਰ ਰਹੀ ਆ ਤੇ ਉਸ ਨੂੰ ਪਾਰਟੀ ਦੇ ਵਿੱਚ ਬਣੇ ਰਹਿਣ ਦੀ ਮੰਗ ਨੂੰ ਦੇਖਦੇ ਹੋਏ ਕੋਈ ਵੱਡੀ ਜ਼ਿੰਮੇਵਾਰੀ ਸੌਂਪਣ ਜਾ ਰਹੀ ਆ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਉਹਨਾਂ ਸਿੱਧੂ ਦੇ ਨਾਲ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ ਜੇਕਰ ਸਿੱਧੂ ਜਾਂ ਕੋਈ ਹੋਰ ਨੇਤਾ ਸ਼ਿਕਾਇਤ ਆ ਤਾਂ ਤਦ ਚਾਹੇ ਉਹਨਾਂ ਨੂੰ ਆ ਕੇ ਮਿਲ ਸਕਦਾ ਹੈ ਕੈਪਟਨ ਨੇ ਸਾਫ਼ ਕੀਤਾ ਕਿ ਸਿੱਧੂ ਕਾਂਗਰਸ ਪਾਰਟੀ ਦਾ ਮੈਂਬਰ ਹਨ ਤੇ 17 ਤੋਂ ਪਹਿਲਾਂ ਸਿੱਧੂ ਜਦ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸਨ ਉਦੋਂ ਹੀ ਇਹ ਅਟਕਲਾਂ ਸ਼ੁਰੂ ਹੋ ਗਈਆਂ ਸਨ ਕਿ ਸਿੱਧੂ ਨੂੰ ਉਪ ਮੰਤਰੀ ਦਾ ਜਿਹੜਾ ਮੁੱਖ ਮੰਤਰੀ ਦਾ ਉਹਦਾ ਸਰਕਾਰ ਦੇਵੇਗੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਅਕਸ਼ੇ ਕੁਮਾਰ ਦਾ ਪੰਜਾਬ ਪੁਲਿਸ ਦੇ 5 500 ਜਵਾਨਾਂ ਨੂੰ ਖਾਸ ਤੋਹਫ਼ਾ ਆਪਣੇ ਫਿਟਨੈਸ ਕਰਕੇ ਮਸ਼ਹੂਰ ਫਿਲਮੀ ਸtare ਅਕਸ਼ੇ ਕੁਮਾਰ ਹੁਣ ਪੰਜਾਬ ਪੁਲਿਸ ਨੂੰ ਵੀ ਫਿਟ ਕਰਨਗੇ ਅਕਸ਼ੇ ਕੁਮਾਰ ਜਲੰਧਰ ਪੁਲਿਸ ਕਮਿਸ਼ਨਰੇਟ ਦੇ 500 ਜਵਾਨਾਂ ਨੂੰ ਡਿਜੀਟਲ ਫਿਟਨੈਸ ਕੜੀਆਂ ਤੋਹਫ਼ੇ ਦੇ ਵਜੋਂ ਦੇਵੇਗਾ ਤੇ ਇਹ ਗੁੱਟ ਕੜੀ ਦਿਲ ਦੀ ਧੜਕਣ ਖੂਨ ਦਾ ਦੌਰਾ ਤੇ ਨੀਂਦ ਆਦ ਦੇ ਨਾਲ ਸਬ ਜਾਣਕਾਰੀ ਦੇ ਬਾਰੇ ਚੌਕਸ ਕਰਦੀ ਹੈ ਤੇ ਇਹਨਾਂ ਕੜੀਆਂ ਨੂੰ 45 ਸਾਲ ਤੋਂ ਵੱਧ ਉਮਰ ਦੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੀਆਂ ਜਾਣਗੀਆਂ ਜੋ ਵੱਧ ਉਮਰ ਦੇ ਕਾਰਨ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਵਿੱਚ ਮਦਦ ਮਿਲੇਗੀ ਤੇ ਕਰੋਨਾ ਸੰਕਟ ਦੇ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਇਹ ਤਕਨੀਕੀ ਕੜੀਆਂ ਮਦਦਗਾਰ ਸਾਬਤ ਹੋ ਸਕਦੀਆਂ ਹਨ ਉਸ ਤੋਂ ਬਾਅਦ ਦੱਸਣਯੋਗ ਹੈ ਕਿ ਅਸ਼ੇਕ ਮਾਰ ਨੇ ਗੋਕੀ ਫਿਟਨੈਸ ਬੈਂਡ ਦੇ ਬ੍ਰਾਂਡ ਅੰਬੈਸਡਰ ਹਨ ਤੇ ਉਧਰ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਇਸ ਬਾਲੀਵੁੱਡ ਸਟਾਰੇ ਦੇ ਨਾਲ ਕਾਫੀ ਨੇੜਤਾ ਹੈ ਤੇ ਅਕਸ਼ੇ ਦੀ ਪੰਜਾਬ ਦੇ ਵਿੱਚ ਫਿਲਮਾਂ ਆ ਗਈਆਂ ਫਿਲਮਾਂ ਦੇ ਦੌਰਾਨ ਪੁਲਿਸ ਕਮਿਸ਼ਨਰ ਪੁੱਲਰ ਕਾਫੀ ਮਦਦ ਕਰਦੇ ਰਹੇ ਹਨ ਤੇ ਹੁਣ ਅਦਾਕਾਰ ਦੇ ਨਾਲ ਪੂਨੇ ਫਲੀਆਂ ਦੇ ਆਖਣ ਨੂੰ ਸੱਚ ਕਰਦਿਆਂ ਆਪਣੇ ਮਿੱਤਰ ਹੇਠ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾ ਨੂੰ ਤੂਫੇ ਦਾ ਪ੍ਰਬੰਧ ਕੀਤਾ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਲੁਧਿਆਣਾ ਚ ਵੱਡੀ ਵਾਰਦਾਤ ਪੁੱਤ ਵੱਲੋਂ ਪਿਓ ਦਾ ਬੇਰਹਿਮੀ ਦੇ ਨਾਲ ਕਤਲ ਸੋ ਲੁਧਿਆਣਾ ਤੋਂ ਖਬਰ ਆ ਰਹੀ ਹੈ ਜੀ ਥਾਣਾ ਸਰਾਂਬਾ ਨਗਰ ਅਦੀਨ ਪੈਂਦੇ ਪਿੰਡ ਇਲਾਕੇ ਪਾਈਰਨ ਧੀਰ ਸਿੰਘ ਨਗਰ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜੀ ਇੱਥੇ ਇੱਕ ਪੁੱਤ ਨੇ ਬੇਰਹਿਮੀ ਦੇ ਨਾਲ ਆਪਣੇ ਬਜ਼ੁਰਗ ਪਿਓ ਦਾ ਕਤਲ ਕਰ ਦਿੱਤਾ ਜੀ ਮ੍ਰਿਤਕ ਦੀ ਪਛਾਣ ਸ਼ਾਮ ਸਿੰਘ ਆਨੰਦ ਦੇ ਤੌਰ ਤੇ ਕੀਤੀ ਜੋ ਗਈ ਹੈ ਜੋ ਕਿ IFCO ਚੂ ਜਰਨਲ ਮੈਨੇਜਰ ਦੇ ਤੌਰ ਤੇ ਸੇਵਾਮੁਕਤ ਹੋਇਆ ਸੀ ਤੇ ਇਸ ਕਤਲ ਦਾ ਕਾਰਨ ਘਰੇਲੂ ਕਿਸ਼ ਦੱਸਿਆ ਜਾ ਰਿਹਾ ਹੈ ਤੇ ਘਟਨਾ ਦਾ ਪਤਾ ਬੁੱਧਵਾਰ ਨੂੰ ਉਸ ਵੇਲੇ ਲੱਗਾ ਜਦੋਂ ਕੁਝ ਮ੍ਰਿਤਕ ਰਿਸ਼ਤੇਦਾਰ ਨੂੰ ਨਾਲ ਮ੍ਰਿਤਕ ਰਿਸ਼ਤੇਦਾਰ ਪੁਲਿਸ ਨੂੰ ਨਾਲ ਲੈ ਕੇ ਮ੍ਰਿਤਕ ਦੇ ਘਰ ਆਏ ਤੇ ਇਸ ਸਮੇਂ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਜਦੋਂ ਪੁਲਸ ਨੇ ਦਰਵਾਜ਼ਾ ਤੋੜਿਆ ਤੇ ਅੰਦਰ ਦੇਖਿਆ ਤਾਂ ਮ੍ਰਿਤਕ ਦੀ ਲਾਸ਼ ਪਈ ਹੋਈ ਸੀ ਫਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਗਲੀ ਖਬਰ ਆ ਰਹੀ ਹੈ ਜੀ ਨਸ਼ੇ ਦੀ ਓਵਰਡੋਸ ਦੇ ਨਾਲ ਨੌਜਵਾਨ ਦੀ ਮੌਤ ਠਾਣਾ ਮਮਦੂਤ ਅਦੀਨ ਆਉਂਦੇ ਪਿੰਡ ਫਰੂਜ਼ਪੁਰ ਤੋਂ ਖਬਰ ਆ ਰਹੀ ਹੈ ਜੀ ਸਾਹਣਕੇ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ ਜੀ ਸਥਾਨਕ ਲੋਕਾਂ ਨੇ ਦੱਸਿਆ ਕਿ ਰਿੰਕੂ ਉਮਰ ਲਗਭਗ 39 ਸਾਲ ਪੁੱਤਰ ਖਰੈਤ ਲਾਲ ਵਾਸੀ ਪਿੰਡ ਸਾਹਣਕੇ ਮਮਦੂਤ ਉਟਾਰ ਕਾਫੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ ਤੇ ਉਹਨਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਸ ਨੇ ਜ਼ਿਆਦਾ ਮਾਤਰਾ ਲੈਣ ਦੇ ਕਾਰਨ ਉਸ ਦੀ ਮੌਤ ਹੋ ਗਈ ਸੋ ਦੋਸਤੋ ਤੁਸੀਂ ਐਸੀ ਖਬਰ ਤੇ ਆਪਣੀ ਕੀ ਰਾਏ ਦੇਣੀ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਵੀ ਸਰਕਾਰ ਨੂੰ ਨਸ਼ਾ ਰੋਕਣ ਦੇ ਲਈ ਕੀ ਉਪਰਾਲੇ ਕਰਨੇ ਚਾਹੀਦੇ ਹਨ ਸੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਅਗਲੀ ਖਬਰ ਆ ਰਹੀ ਹੈ ਜੀ ਬੀਜ ਕੁਟਾਲੇ ਤੇ ਵੱਡਾ ਖੁਲਾਸਾ ਕਾਂਗਰਸ ਦੇ ਮਗਰੋਂ ਅਕਾਲੀ ਦਲ ਦੇ ਵੀ ਜੁੜੇ ਤਾਰ ਪੰਜਾਬ ਚ ਹੋਏ ਬੀਜ ਕਟਾਲੇ ਚ ਆਏ ਦਿਨ ਨਵੀਆਂ ਪਰਤਾ ਖੁੱਲ ਰਹੀਆਂ ਹਨ ਹੁਣ ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਇਸ ਕਟਾਲੇ ਚ ਅਕਾਲੀ ਦਲ ਅਤੇ ਕਾਂਗਰਸ ਦੀ ਮਿਲੀ ਭੁਗਤ ਹੋਣ ਦੇ ਇਲਜ਼ਾਮ ਲਾਏ ਹਨ ਬੈਂਸ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 40 ਸਾਲਾਂ ਤੋਂ ਅਗਾਹਾਂ ਵਾਧੂ ਕਿਸਾਨਾਂ ਦੇ ਲਈ ਇੱਕ ਕਲੱਬ ਬਣਾਇਆ ਹੈ ਤੇ ਉਹਨਾਂ ਨੇ ਕਿਹਾ ਪੀਏਯੂ ਨੇ ਐਗਰੀਕਲਚਰ ਐਂਡ ਸੀਡ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੂੰ ਪੀਆਰ 128 ਤੇ ਪੀਆਰ 129 ਦਾ 3/2 ਕੁਇੰਟਲ ਨਵਾਂ ਬੀਜ ਤਿਆਰ ਕਰਨ ਦੇ ਲਈ ਬੀਜ ਦਿੱਤਾ ਸੀ ਕੁਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਬੀਜ ਦੇਣ ਦੀ ਬਜਾਏ ਕਰਨਾਲ ਐਗਰੋ ਸੀਡ ਡੇਰਾ ਬਾਬਾ ਨਾਨਕ ਦੇ ਮਾਲ ਮਾਲਕ ਲਖਵਿੰਦਰ ਸਿੰਘ ਲੱਕੀ ਢਿੱਲੋਂ ਨੂੰ 700 ਕੁਇੰਟਲ ਬੀਜ ਦੇ ਦਿੱਤਾ ਜਦਕਿ ਯੂਨੀਵਰਸਿਟੀ ਦੇ ਮੁਤਾਬਕ ਕਿਸਾਨ ਬੀਜ ਕਿਸਾਨਾਂ ਨੂੰ ਦੇਣਾ ਸੀ ਉਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਬੀਜ ਦੇਣ ਦੀ بجائے ਤੇ ਬੈਂਸ ਦਾ ਦਾਵਾ ਹੈ ਕਿ ਕਰਨਾਲ ਐਗਰੋ ਸੀਡ ਕੰਪਨੀ ਦੇ HDFC ਬੈਂਕ ਖਾਤੇ 'ਚੋਂ ਕੁਲਵਿੰਦਰ ਸਿੰਘ ਦੇ ਪਿਤਾ ਲਾਲ ਸਿੰਘ ਦੇ ਖਾਤੇ 'ਚੋਂ ਕਰੀਬ 50 ਲੱਖ ਰੁਪਏ ਟਰਾਂਸਫਰ ਹੋਏ ਹਨ ਤੇ ਹੁਣ ਬੈਂਸ ਦਾ ਇਲਜ਼ਾਮ ਹੈ ਕਿ ਬਾਕੀ ਬੀਜ ਕਿੱਥੇ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਵੈਸ ਨੇ ਅਕਾਲੀ ਲੀਡਰਾਂ ਦੇ ਨਾਲ ਲਾਲ ਸਿੰਘ ਦੀ ਤਸਵੀਰ ਜਨਤਕ ਕਰਦਾ ਕਿਹਾ ਕਿ ਅਕਾਲੀ ਲੀਡਰ ਅਸਲ ਦੋਸ਼ੀ ਨੂੰ ਪਛਾਣ ਦੀ ਕੋਸ਼ਿਸ਼ ਕਰ ਰਹੇ ਹਨ ਵੈਸ ਨੇ ਕਿਹਾ ਕਿ ਉਹਨਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ ਹੈ ਉਹ ਕੇਂਦਰੀ ਮੰਤਰੀ ਨੂੰ ਮਿਲ ਕੇ ਪੂਰੇ ਸਬੂਤ ਸੌਂਪ ਕੇ ਸੀਬੀਆਈ ਜਾਂਚ ਦੀ ਮੰਗ ਕਰਨਗੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਸੋਨੇ ਚਾਂਦੀ ਦੀਆਂ ਕੀਮਤਾਂ 'ਚੋ ਗਿਰਾਵਟ ਜਾਣੋ ਕੀ ਚੱਲ ਰਿਹਾ ਹੈ ਬਾਸੋ ਵਾਧਾ ਬਾਜ਼ਾਰ ਜਿਹੜਾ ਸੋਨੇ ਦੀਆਂ ਕੀਮਤਾਂ ਨੂੰ ਬੁੱਧਵਾਰ ਨੂੰ ਗਰਾਵਡ ਦੇਖਣ ਨੂੰ ਮਿਲੀ ਹੈ ਜੀ ਐਸਸੀਐਕਸ ਐਕਸਚੇਂਜ ਦੇ ਮੁਤਾਬਕ 5 ਅਗਸਤ 2020 ਬੋ ਸੋਨੇ ਦੀਆਂ ਦਾਵਾ ਕੀਮਤਾਂ ਜਿਹੜੀਆਂ ਨੇ ਉਹ ਸਵੇਰੇ 9:34 ਮਿੰਟ ਤੇ 27 ਰੁਪਏ ਦੀ ਗਰਾਵਡ ਦੇ ਨਾਲ 46567 ਰੁਪਏ ਪ੍ਰਤੀ 10 ਗ੍ਰਾਮ ਤੋਂ ਟ੍ਰੇਡ ਕਰ ਰਹੀਆਂ ਹਨ ਉਸ ਤੋਂ ਬਾਅਦ ਵਾਧਾ ਬਾਜ਼ਾਰ ਤੋਂ ਚਾਂਦੀ ਦਾ ਭਾਅ ਵੀ ਬੁੱਧਵਾਰ ਸਵੇਰੇ ਗਰਾਵਡ ਦੇਖਣ ਨੂੰ ਮਿਲੀ ਹੈ ਜੀ ਜੁਲਾਈ 2020 ਦੀ ਚਾਂਦੀ ਦਾ ਵਾਦਾ ਕੀਮਤ ਬੁੱਧਵਾਰ ਸਵੇਰੇ 9:36 ਮਿੰਟ ਤੇ 27 ਰੁਪਏ ਦੀ ਗਰਾਊਡ ਦੇ ਨਾਲ 48000 72 ਰੁਪਏ ਤੇ ਪ੍ਰਤੀ ਕਿਲੋਗ੍ਰam ਤੇ ਟ੍ਰੇਡ ਕਰ ਰਹੀ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ Rajasthan ਨੇ ਕੀਤੀਆਂ ਸਰਹੱਦਾਂ ਸੀਲ ਪੰਜਾਬ ਹਰਿਆਣਾ ਦੇ ਸਨੇ ਪੰਜ ਰਾਜਾਂ ਦੇ ਲੋਕ ਨਹੀਂ ਹੋ ਸਕਣਗੇ ਦਾਖਲ Jaipur ਤੋਂ ਖਬਰ ਆ ਰਹੀ ਹੈ ਜੀ ਦੇਸ਼ ਚ ਕੋਰੋਨਾ ਵਾਇਰਸ ਦੇ ਸੰਕਰਮਨ ਦੇ ਮਾਮਲਿਆਂ ਦੇ ਵਿੱਚ ਤੇਜ਼ੀ ਨਾਲ ਵਾਅਦੇ ਦੇ ਵਿੱਚ ਕਾ ਰਾਜਸਥਾਨ ਸਰਕਾਰ ਨੇ ਰਾਜ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰਨ ਦੀ ਮੋਹਰ ਲਾ ਦਿੱਤੀ ਹੈ ਜੀ ਹੁਣ ਕੋਈ ਵੀ ਇਜਾਜ਼ਤ ਤੋਂ ਬਿਨਾ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕੇਗਾ ਜੀ Rajasthan ਦੀ ਪੰਜ ਰਾਜ ਉੱਤਰ ਵਿੱਚ ਪੰਜਾਬ ਉੱਤਪੂਰਬ ਦੇ ਵਿੱਚ ਹਰਿਆਣਾ ਪੂਰਬ ਦੇ ਵਿੱਚ ਉੱਤਰ ਪ੍ਰਦੇਸ਼ ਦੱਖਣ ਪੂਰਬ ਦੇ ਵਿੱਚ ਮੱਧ ਪ੍ਰਦੇਸ਼ ਦੱਖਣ ਦੇ ਵਿੱਚ ਗੁਜਰਾਤ ਦੀ ਅੰਤਰਰਾਜੀ ਸਰਹੱਦ ਹੈ ਮੁੱਖ ਮੰਤਰੀ ਆਸ਼ੋਕ ਗਹਿਲੋਤ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਸ਼ ਦੇ ਕਈ ਰਾਜਾਂ ਦੇ ਵਿੱਚ ਕਰੋਨਾ ਦੀ ਲਾਗ ਦੇ ਮਾਮਲੇ ਬੇਮਿਸਾਲ ਵਧਾ ਹੋਇਆ ਹੈ ਤੇ ਪਿਛਲੇ ਦਿਨੀ ਦੇਸ਼ ਦੇ ਵਿੱਚ ਹਜ਼ਾਰਾਂ ਮਾਮਲੇ ਸਾਹਮਣੇ ਆਏ ਹਨ ਹੁਣ ਬਿਨਾਂ ਕਿਸੇ ਇਜਾਜ਼ਤ ਦੇ ਵੱਡੀ ਗਿਣਤੀ ਦੇ ਵਿੱਚ ਦੇਸ਼ ਦੇ ਹੋਰ ਰਾਜਾਂ ਦੇ ਲੋਕਾਂ ਦੇ ਦਾਖਲ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਰਹੱਦੀ ਸੀਮਾਵਾਂ ਨੂੰ ਸੀਲ ਕਰਨ ਦਾ ਫੈਸਲਾ ਲਿਆ ਗਿਆ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਮਿਸ਼ਨ ਫਤਿਹ ਪੰਜਾਬ ਚ ਰੋਜ਼ਾਨਾ ਕਰੋਨਾ ਪੀੜਤਾਂ ਦੇ ਟੈਸਟ ਦੀ ਸਮਰੱਥਾ ਹੋਈ 9000 ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਦੱਸਿਆ ਕਿ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਫਰੀਦਕੋਟ ਪਟਿਆਲਾ ਤੇ ਅੰਮ੍ਰਿਤਸਰ ਚ ਕੋਵਿਡ ਦੇ ਰੋਜ਼ਾਨਾ 9000 ਟੈਸਟ ਕਰਨ ਦੀ ਸਮਰੱਥਾ ਤਿਆਰ ਹੋ ਚੁੱਕੀ ਜੋ ਕਿ ਪਹਿਲਾਂ 1050 ਸੀ ਉਹਨਾਂ ਨੇ ਕਿਹਾ ਅਜੇਹਾ ਸਰਕਾਰ ਦੇ ਵੱਲੋਂ ਕੋਵਿਡ-19 ਦੇ ਵਿਰੁੱਧ ਵੱਡੀ ਜੰਗ ਨੂੰ ਫਤਿਹ ਕਰਨ ਦੇ ਲਈ ਚੁੱਕੇ ਕਦਮਾਂ ਦੇ ਤਹਿਤ ਨਵੀਆਂ ਮਸ਼ੀਨਾਂ ਦੀ ਖਰੀਦ ਦੇ ਨਾਲ ਸੰਭਵ ਹੋਇਆ ਹੈ। ਸੋ ਦੋਸਤੋ ਉਸ ਤੋਂ ਬਾਅਦ ਅਗਲੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਇਸ ਵੇਲੇ ਦੀ ਵੱਡੀ ਖਬਰ ਉਹ ਕੈਪਟਨ ਦੇ ਵੱਲੋਂ ਪੰਜਾਬ ਚੋਂ ਜਲਦ ਜਿਹੜੇ ਵਿਦਿਆਰਥੀਆਂ ਨੂੰ 스마트ਫੋਨ ਦਿੱਤੇ ਜਾ ਰਹੇ ਹਨ ਜੀ ਸਿੱਖਿਆ ਵਿਭਾਗ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜੀ ਮਾਨਸਾ ਚੋਂ 스마트ਫੋਨਾਂ ਦੇ ਆਪਣੀ ਜਾਨ ਗਵਾਉਣ ਵਾਲੀ ਰਮਨਦੀਪ ਕੌਰ ਦੇ ਮਾਮਲੇ ਦੇ ਵਿੱਚ ਆਖਰ ਪੰਜਾਬ ਸਰਕਾਰ ਦੀ ਨੀਂਦ ਖੁੱਲ ਗਈ ਹੈ ਜੀ ਜਾਣਕਾਰੀ ਦੇ ਮੁਤਾਬਕ ਸਰਕਾਰ ਨੇ ਸਿੱਖਿਆ ਮਹਿਕਮੇ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸਾਰੇ ਸਕੂਲਾਂ 'ਚੋਂ ਪਤਾ ਲਗਾਏ ਕਿ ਕਿਸ ਵਿਦਿਆਰਥੀ ਦੇ ਕੋਲੇ ਸਮਾਰਟਫੋਨ ਨਹੀਂ ਹੈ ਅਧਿਆਪਕ ਅਜਿਹੇ ਵਿਦਿਆਰਥੀਆਂ ਦੀ ਲਿਸਟ ਬਣਾਉਣ ਦੇ ਵਿੱਚ ਜੁਟ ਗਏ ਹਨ ਪਰ ਸਰਕਾਰ ਵੱਲੋਂ ਜਦ ਕਦੋਂ ਤੱਕ ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ ਇਸ ਦੇ ਸਬੰਧ ਦੇ ਅਜੇ ਤੱਕ ਕੋਈ ਵੀ ਪੱਕੀ ਜਾਣਕਾਰੀ ਨਹੀਂ ਹੈ ਸੋ ਇੱਥੇ ਦੱਸ ਦਈਏ ਬੀਤੇ ਕੁਝ ਦਿਨ ਪਹਿਲਾਂ ਪੜ੍ਹਾਈ ਦੇ ਲਈ ਸਮਾਰਟਫੋਨ ਨਾ ਮਿਲਣ ਦੇ ਕਰਕੇ ਇੱਕ 11ਵੀਂ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਖੁਦ ਖੁਸ਼ੀ ਕਰ ਲਈ ਤੇ ਮ੍ਰਿਤਕ ਰਮਨਦੀਪ ਕੌਰ ਪੜ੍ਹਾਈ ਦੇ ਵਿੱਚ ਕਾਫੀ ਹੁਸ਼ਿਆਰ ਸੀ ਪਰ ਘਰੋਂ ਗਰੀਬ ਹੋਣ ਦੇ ਕਾਰਨ ਉਸ ਦੇ ਕੋਲ ਸਮਾਰਟਫੋਨ ਨਹੀਂ ਸੀ ਦਿਹਾੜੀ ਕਰਕੇ ਪਰਿਵਾਰ ਪਾਲਣ ਵਾਲਾ ਪਿਤਾ ਜਦੋਂ ਉਸ ਨੂੰ ਫੋਨ ਨਹੀਂ ਲੈ ਕੇ ਦੇ ਸਕਿਆ ਤਾਂ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ ਸੋ ਦੋਸਤੋ ਇਹ ਸਨੂ ਸੂਬੇ ਪੰਜਾਬ ਦੀ ਇਸ ਵੇਲੇ ਦੀ ਆਮ ਅਤੇ ਖਾਸ ਖਬਰ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ